ਸਤ ਸ੍ਰੀ ਅਕਾਲ ਸਾਰੇ ਕਿਸਾਨਾਂ ਨੂੰ ਤੁਹਾਡਾ ਆਪ ਦਾ ਸਾਥੀ ਗੁਰਦੀਪ ਸਿੰਘ ਤੁਹਾਡੇ ਆਪ ਦੇ ਚੈਨਲ ਕਿਸੇ भगत ਤੋਂ ਜਾਣਕਾਰੀ ਮਿਲੂਗੀ ਇਸ ਦੇ ਮਾਧਿਅਮ ਤੋਂ ਅਦਰਕ ਦੀ ਖੇਤੀ ਬਾਰੇ ਅਦਰਕ ਦੀ ਖੇਤੀ ਬਾਰੇ ਗੱਲ ਕਰਾਂਗੇ ਅਦਰਕ ਦੀ ਖੇਤੀ ਕਿਵੇਂ ਕਰਨ ਚਾਹੀਦੀ ਹੈ ਕੀ ਲਾਭ ਹੈ ਕਿੰਨੀ ਖਾਦ ਦੇਣੀ ਹੈ ਕਿਹੜਾ ਬੀਜ ਪਾਉਣਾ ਹੈ ਆਪਾਂ ਅਦਰਕ ਦੀ ਖੇਤੀ ਵਾਸਤੇ ਤੇ ਕਿੰਨਾ ਉਤਪਾਦਨ ਹੋ ਜਾਂਦਾ ਤੇ ਕਿੰਨਾ ਫਾਇਦਾ ਪਹੁੰਚਾਉਂਦੀ ਹੈ ਇਹ ਤੇ ਕਿਹੜੀ ਜ਼ਮੀਨ ਦੇ ਵਿੱਚ ਹੁੰਦਾ ਸਾਰਨੋਂ ਵੱਡੀ ਗੱਲ ਜ਼ਮੀਨ ਉਦੋਂ ਬਾਅਦ ਦੀ ਗੱਲ ਪਾਣੀ ਬੀਜ ਕਿਹੜਾ ਯੂਜ਼ ਕਰਦੇ ਆ ਡਿਪੈਂਡ ਕਰਦਾ ਹੈ ਕਿ ਕਿੰਨਾ ਖਰਚਾ ਹੋ ਕਿੰਨੇ ਟਾਈਮ ਦੀ ਖੇਤੀ ਹੈ ਸਾਰੀਆਂ ਚੀਜ਼ਾਂ ਤੁਹਾਨੂੰ ਇਸ ਵੀਡੀਓ ਦੇ ਮਾਧਿਅਮ ਤੋਂ ਦੇਖਣ ਨੂੰ ਮਿਲਣੀਆਂ ਜਾਣਕਾਰੀ ਮਿਲੂਗੀ ਨਵਾਂ ਐਕਸਪੈਰੀਮੈਂਟ ਹੈ ਇੱਕ ਦੋ ਕਿਸਾਨਾਂ ਦੇ ਅਦਰਕ ਦੀ ਖੇਤੀ ਲਵਾਈ ਹੈ ਤਾਂ ਕਰਕੇ ਤੁਹਾਨੂੰ ਆਹ ਵੀਡੀਓ ਬਣਾ ਕੇ ਦੱਸ ਰਹੇ ਆ ਆਪਣੀ ਸਾਈਡ ਦੇ ਵਿੱਚ ਅਦਰਕ ਬਹੁਤ ਘੱਟ ਲੱਗਦਾ ਹੈ ਲਾਉਂਦੇ ਨਹੀਂ ਕਿਸਾਨ ਤੇ ਅੱਜ ਉਹਦੇ ਵਾਸਤੇ ਤੁਹਾਨੂੰ ਦੱਸਾਂ ਮਿੱਟੀ ਕਿਹ ਜਾਈਦੀ ਹੈ ਮਿੱਟੀ ਮਤਲਬ ਪੋਰਸਪੋਰਸ ਮਤਲਬ ਉਹਦੇ ਵਿੱਚ ਜੜਾਂ ਜਿਹੜੀਆਂ ਫੈਲਣ ਦੀ ਜਿਵੇਂ ਆਪਾਂ ਗਾਜਰ ਲਾ ਦਨੇ ਆ ਗਾਜਰ ਦੀ ਜੜ ਡੂੰਗੀ ਉੱਡ ਜਾਂਦੀ ਹੈ ਫੈਲਣ ਫੈਲਣ ਲੱਗ ਜਾਂਦੀ ਹੈ ਉਸ ਤਰੀਕੇ ਨਾਲ ਪੋਲੀ ਜੀ ਮਿੱਟੀ ਹੋਵੇ ਮਿੱਟੀ ਦੇ ਵਿੱਚ ਜਾਨ ਹੋਵੇ ਸਿੰਪਲ ਦੀ ਸਿੰਪਲ ਜੀ ਬਸਾ ਦੇ ਵਿੱਚ ਤੁਹਾਨੂੰ ਦੱਸਣਾ ਚਾਹਣਾ ਹੈ ਮਿੱਟੀ ਦੇ ਵਿੱਚ ਜਾਨ ਹੋਵੇ ਪੋਰਸਪੋਰਸ ਜਿਹੜਾ ਪਾਣੀ ਆ ਉਹਨੂੰ ਸੋਖਣ ਦੀ ਛਮਤਾ ਹੋਵੇ ਤੇ ਛਿੱਦਰ ਹੋਣ ਮਿੱਟੀ ਦੇ ਵਿੱਚ ਤੇ ਜਿਵੇਂ ਪੌਲੀ ਮਿੱਟੀ ਕਹਿ ਸਕਦੇ ਆਪਾਂ ਪੌਲੀ ਮਿੱਟੀ ਹੈ ਪਰ ਮਿੱਟੀ ਦੇ ਵਿੱਚ ਜਾਨ ਹੈ ਉਸ ਤਰੀਕੇ ਦੀ ਮਿੱਟੀ ਹੋਵੇ ਜਿਵੇਂ ਆਪਾਂ ਆਲੂ ਲਾਉਣੇ ਆ ਆਲੂ ਜਿੱਥੇ ਲਾਉਣੇ ਆਪਾਂ ਉੱਥੇ ਫਸਲਾਂ ਇਹ ਲੱਗ ਸਕਦੀ ਹੈ ਦਰਕ ਦੀ ਬਹੁਤ ਵਧੀਆ ਖੇਤੀ ਹੈ ਸਾਰੀ ਤੁਹਾਨੂੰ ਪ੍ਰੋਸੈਸ ਦੀ ਮੈਂ ਸਮਝਾਉਣਾ ਹੈ ਕਣਕ ਦੀ ਬਾਢੀ ਤੋਂ ਬਾਅਦ ਸਰੋਂ ਦੀ ਬਾਢੀ ਤੋਂ ਬਾਅਦ ਆਪਾਂ ਇਹਨੂੰ ਲਾ ਸਕਦੇ ਆ ਕੜ ਤੱਕੜ ਮਿੱਤਰੋ ਇਹ 6 ਤੋਂ 7 ਮਹੀਨਿਆਂ ਦੀ ਖੇਤੀ ਹੈ 15 ਅਪ੍ਰੈਲ ਤੋਂ ਬਾਅਦ ਕੀ ਇਹ ਗਰਮੀ ਪੈਣੀ ਸਟਾਰਟ ਹੋ ਜਾਂਦੀ ਹੈ ਤੇ ਉਹ ਉਦੋਂ ਤੱਕ ਇਹ ਫਸਲ ਆਪਣ ਨੂੰ ਲਾ ਦੇਣੀ ਚਾਹੀਦੀ ਹੈ ਇਹਦੇ ਕੀ ਹੈ ਕੰਦ ਲੱਗਦੇ ਜਿਵੇਂ ਆਲੂ ਲੱਗਦਾ ਉਸ ਤਰੀਕੇ ਨਾਲ ਤੇ ਉਹਦਾ ਜਿਹੜਾ ਵજન ਹੈ ਉਹ ਕਿਸ ਤਰੀਕੇ 60 ਤੋਂ ਲੈ ਕੇ 75 ਗ੍ਰਾਮ ਤੱਕਰ ਵજન ਹੋਣਾ ਚਾਹੀਦਾ ਹੈ 2 ਤੋਂ 2.5 ਇੰਚ ਦੀ ਉਹ ਕੰਦ ਹੋਣੀ ਚਾਹੀਦੀ ਹੈ ਫੇਰ ਹੀ ਫਾਇਦਾ ਹੋਊਗਾ ਵਧੀਆ ਪ੍ਰੋਡਕਸ਼ਨ ਹੋਊਗਾ ਬਾਅ ਕੇ ਵਧੀਆ ਹਲਾ ਨਾਲ ਉਹਨੂੰ ਰੋਟਾਵੇਟਰ ਚਲਾ ਕੇ ਬਹੁਤ ਵਧੀਆ ਤਰੀਕੇ ਨਾਲ ਪੂਰੀ ਜ਼ਮੀਨ ਨੂੰ ਪਰਪਰੀ ਕਰਕੇ ਫਿਰ ਆਪਾਂ ਜਿਵੇਂ ਆਲੂ ਦੇ ਵਾਸਤੇ ਮੈਡਾ ਲਾਉਣੇ ਆ ਉਸ ਤਰੀਕੇ ਨਾਲ ਮੈਡਾ ਲਾ ਸਕਦੇ ਆ ਮੈਡ ਲਾ ਕੇ ਆਪਾਂ ਉਹਦੇ ਉੱਤੇ ਬਿਜਾਈ ਕਰ ਸਕਦੇ ਆ 6 ਤੋਂ ਲੈ ਕੇ 10 ਇੰਚ ਤਿੱਕਰ ਆਪਾਂ ਉਹਦੀ ਲੰਬਾਈ ਰੱਖ ਸਕਦੇ ਆ ਦੂਰੀ ਰੱਖ ਸਕਦੇ ਆ ਬੀਜ ਜਿਹੜਾ ਆਪਾਂ ਲਾਵਾਂਗੇ ਜਿਹੜੀ ਚੀਜ਼ ਲਾਵਾਂਗੇ ਉਹਦੀ ਦੂਰੀ ਰੱਖ ਸਕਦੇ ਆ ਜਿਹੜੀ ਗ੍ਰਾਹੀ ਹੈ ਮਿੱਤਰੋ ਉਹ ਤੁਸੀਂ 4 ਤੋਂ 5 ਇੰਚ ਰੱਖ ਸਕਦੇ ਹੋ ਬਹੁਤ ਵਧੀਆ ਪ੍ਰੋਡਕਸ਼ਨ ਦੇਊਗੀ ਜੇ ਤੁਸੀਂ ਰੋਟਾਵੇਟਰ ਮਾਰੋਗੇ ਨਾ ਬਾਣ ਦੇ ਵਿੱਚ ਉਦੋਂ ਕੀ ਹੈ ਤੁਸੀਂ ਤਣੀਆਂ ਛੜਕਾਫ ਕਰ ਸਕਦੇ ਹੋ ਤਣੀਆਂ ਦਾ ਪੋਰ ਕੇ ਉਹਨੂੰ ਲਾ ਸਕਦੇ ਹੋ ਤੇ ਜਦੋਂ ਮਲਚਿੰਗ ਦਾ ਕੰਮ ਕਰੂਗਾ ਤਣੀਆਂ ਜਿਹੜਾ ਅਦਰਕ ਵਾਸਤੇ ਜਦੋਂ ਆਪਣਾ ਅਦਰਕ ਤਿਆਰ ਹੋਊਗੀ ਉਸ ਤੋਂ ਬਹੁਤ ਟਾਈਮ ਪਹਿਲਾਂ ਕਿਉਂਕਿ ਬਹੁਤ ਟਾਈਮ ਪਹਿਲਾਂ ਤੁਸੀਂ ਤਣੀਆਂ ਦੀ ਖੇਤੀ ਕੱਟ ਚੁੱਕੇ ਹੋਵੋਗੇ ਉਹਦਾ ਫਾਇਦਾ ਉਠਾ ਚੁੱਕੇ ਹੋਗੇ ਕਿਉਂਕਿ ਜਿਸ ਟਾਈਮ ਤਣੀਆਂ ਤਿਆਰ ਹੋਊਗਾ ਉਦੋਂ ਤੱਕ ਕਿਉਂ ਲੋਡ ਹੋਊਗੀ ਤਣੀਆਂ ਦੀ ਬਹੁਤ ਜ਼ਿਆਦੇ ਪਜਾਰਾਂ ਦੇ ਵਿੱਚ ਮੰਗ ਹੋਊਗੀ ਤੇ ਤੁਸੀਂ ਉਹਦਾ ਫਾਇਦਾ ਉਠਾ ਸਕਦੇ ਹੋ ਦੋ ਡਬਲ ਖੇਤੀਆਂ ਕਰ ਸਕਦੇ ਹੋ ਠੀਕ ਹੈ ਜਿਹੜਾ ਵੀ ਡ੍ਰਿਪ ਸਿਸਟਮ ਨਾਲ ਲਾ ਰਿਹਾ ਹੈ ਉਹ ਰੋਜ਼ਾਨਾ ਪਾਣੀ ਦੇ ਸਕਦਾ ਹੈ 10-15 ਮਿੰਟ ਤੇ ਖਾਦਾਂ ਦੀ ਗੱਲ ਕਰੀਏ ਜਿਵੇਂ ਆਪਾਂ ਨਰਮਿਆਂ ਦੇ ਵਿੱਚ ਪੋਟੈਟੋ ਆਲੂ ਦੇ ਵਿੱਚ ਖਾਦ ਪਾਉਣੀ ਹੈ ਉਸ ਤਰੀਕੇ ਨਾਲ ਆਪਾਂ ਖਾਦ ਦਾ ਇਹਨਾਂ ਵਿੱਚ ਯੂਜ਼ ਕਰ ਸਕਦੇ ਆ ਐਨਪੀਕੇ ਡੀਏਪੀ ਯੂਰੀਆ ਜਿਹਨੂੰ ਆਪਾਂ ਕਹਿੰਦੇ ਆ ਪੌਸ਼ਕ ਤੱਤ ਹੁੰਦੇ ਜਿਹੜੇ 16 ਉਹਨਾਂ ਦੇ ਯੂਜ਼ ਕਰ ਸਕਦੇ ਹੋ ਤੇ ਯੂਜ਼ ਕਰਕੇ ਤੇ ਬਹੁਤ ਵਧੀਆ ਫਾਇਦਾ ਮਿਲਣਾ ਹੈ ਇਸ ਖੇਤੀ ਦਾ ਇਹਦਾ ਬੀਜ ਦਾ ਸਭ ਤੋਂ ਜ਼ਿਆਦਾ ਖਰਚਾ ਆਉਂਦਾ ਹੈ ਉਸ ਤੋਂ ਬਾਅਦ ਹੋਰ ਕੋਈ ਖਰਚਾ ਨਹੀਂ ਆਉਂਦਾ ਇਹਦਾ ਬੀਜ ਦਾ ਖਰਚਾ ਜ਼ਿਆਦਾ ਆ ਰਿਹਾ ਹੈ ਇਹਦਾ ਆਪਾਂ ਕਈ ਕਿਸਾਨ ਸਾਥੀਆਂ ਨਾਲ ਗੱਲ ਕੀਤੀ ਹੈ ਬੀਜ ਹੋਊਗਾ ਨਾ ਮਿੱਤਰੋ ਤੁਸੀਂ ਉਹਨੂੰ ਕਾਰਬਨ ਜੇਮ ਜਿਹੜਾ ਆਉਂਦਾ ਹੈ ਫੰਗੀ ਸਾਈਡ ਉਹਦੇ ਨਾਲ ਸੀਡ ਟ੍ਰੀਟਮੈਂਟ ਕਰਕੇ ਹੀ ਬੀਜਣਾ ਤੇ 1 ਏਕੜ ਦੇ ਵਿੱਚ 10 ਕਿਲੋਟ ਬੀਜ ਲੱਗ ਜਾਂਦਾ ਹੈ ਯਾਨੀ ਕਿ ਇੱਕ ਕੁਆਂਟਲ ਬੀਜ ਦਾ ਰੇਟ 6000 ਹੁੰਦਾ ਹੈ ਐਦਾ ਜਿਹੜੇ ਕੰਦ ਹੁੰਦੇ ਆ ਤੇ 1 ਏਕੜ ਦੇ ਖਰਚਾ 60000 ਟਿੱਕਰ ਆਪਣੇ ਆ ਜਾਂਦਾ ਕਿਉਂਕਿ 1 ਏਕੜ ਦੇ ਵਿੱਚ 10 ਕੁਆਂਟਲ ਬੀਜ ਲੱਗਣਾ ਤੇ 60000 ਖਰਚਾ ਜੋ ਮਤਲਬ 1 ਕੁਆਂਟਲ ਬੀ ਦਾ ਰੇਟ ਹੈ ਜਿਹੜਾ 6000 ਟਿੱਕਰ ਚੱਲੀ ਜਾਂਦਾ ਬਾਜ਼ਾਰਾਂ ਦੇ ਵਿੱਚ ਹੁਣ ਤੇ ਬੀਜ ਜਮਾ ਸੁੱਕਾ ਨਾ ਹੋਵੇ ਜ਼ਿਆਦਾ ਤੇ ਜਿਹੜੀ ਵੱਡੇ ਗੁੱਛੇ ਵਾਲੀ ਕਲੀ ਹੈ ਤੁਸੀਂ ਉਹੀ ਲੈਣੀ ਹੈ ਤੇ ਸੀਜ਼ਨ ਦੇ ਵਿੱਚ ਇਹਦਾ ਰੇਟ ਕੀ ਹੋ ਜਾਂਦਾ 6000 ਤੋਂ ਲੈ ਕੇ 15000 ਰੁਪਏ ਪਰ ਕੁਇੰਟਲ ਹੋ ਜਾਂਦਾ ਠੀਕ ਹੈ ਬਹੁਤ ਵਧੀਆ ਪ੍ਰੋਡਕਸ਼ਨ ਹੋ ਜਾਂਦਾ ਹੈ ਇੱਕ ਬਿੱਗੇ ਤੋਂ ਤੁਸੀਂ 3 ਲੱਖ ਟਿੱਕਰ ਦੀ ਫਸਲ ਉਠਾ ਸਕਦੇ ਹੋ ਫਾਇਦਾ ਉਠਾ ਸਕਦੇ ਹੋ ਇਸ ਚੀਜ਼ ਦਾ ਜ਼ਮੀਨ ਜਿਵੇਂ ਲਾਲ ਮਿੱਟੀ ਹੈ ਤੁਸੀਂ ਉੱਥੇ ਵੀ ਲਾ ਸਕਦੇ ਹੋ ਚੋਨਾ ਲੱਗਦਾ ਉੱਥੇ ਵੀ ਲਾ ਸਕਦੇ ਹੋ ਪੀ ਐਚ ਕੀ ਹੈ 6.5 ਤੋਂ ਲੈ ਕੇ 7.5 ਦੇ ਵਿਚਾਲੇ ਹੋਣਾ ਚਾਹੀਦਾ ਗੋਬਰ ਦੀ ਖਾਦ ਦਾ ਯੂਜ ਕਰ ਸਕਦੇ ਹੋ ਜਿਹੜੀ ਮੇਡ ਦੀ ਦੂਰੀ ਹੈ ਨਾ ਉਹ ਤੁਸੀਂ 4.5 ਫੁੱਟ ਰੱਖ ਸਕਦੇ ਹੋ ਮੇਡ ਦੀ ਜਿਹੜੀ ਦੂਰੀ ਹੋਊਗੀ ਉਹ ਤੁਸੀਂ 4.5 ਫੁੱਟ ਰੱਖਣੀ ਹੈ ਜਿਵੇਂ ਆਲੂ ਦੀ ਫਸਲ ਦੀ ਵਾਸਤੇ ਮੇਡਾ ਬਣਾਉਣੇ ਆ ਉਸ ਤਰੀਕੇ ਨਾਲ ਮੈਂ ਆਪ ਦਾ 100% ਇਸ ਵੀਡੀਓ ਦੇ ਵਿੱਚ ਦੇਣ ਦੀ ਕੋਸ਼ਿਸ਼ ਕੀਤੀ ਹੈ ਸਾਰੀ ਜਾਣਕਾਰੀ ਫਿਰ ਵੀ ਕੋਈ ਜਾਣਕਾਰੀ ਰਹਿ ਗਈ ਹੋਵੇ ਤਾਂ ਕਮੈਂਟ ਕਰਕੇ ਆਪਣੇ ਤੋਂ ਤੁਸੀਂ ਪੁੱਛ ਸਕਦੇ ਹੋ ਠੀਕ ਹੈ ਸਾਨੂੰ ਆਪਾਂ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਜਿਵੇਂ ਵੀ ਕੋਈ ਨਵੀਂ ਵੀਡੀਓ ਆਪਣੀ ਆਊਗੀ ਉਸ ਦੇ ਵਿੱਚ ਜੇ ਕੋਈ ਹੋਰ ਵੀਡੀਓ ਡਿਮਾਂਡ ਹੋਵੇ ਤੁਸੀਂ ਕਮੈਂਟ ਕਰਕੇ ਵੀਡੀਓ ਬਾਰੇ ਸਾਥੋਂ ਪੁੱਛ ਸਕਦੇ ਹੋ ਆਪਾਂ ਵੀਡੀਓ ਤੁਹਾਨੂੰ ਬਣਾ ਕੇ ਜੂੜ ਦਵਾਂਗੇ